ਸਿੱਧੂ ਸਾਹਿਬ, ਚੰਡੀਗੜ੍ਹ ਦਾ ਮਾਮਲਾ ਕਾਫੀ ਦੇਰ ਤੋਂ ਉਲਝਿਆ ਹੀ ਸਮਝ ਲਓ ਤੁਸੀਂ। ਹਰਿਆਣਾ ਕਹਿ ਰਿਹਾ ਸਾਡਾ ਹੱਕ ਹੈ ਚੰਡੀਗੜ੍ਹ ਤੇ, ਪੰਜਾਬ ਕਹਿ ਰਿਹਾ ਸਾਡਾ ਹੱਕ ਹੈ, ਤੇ ਹੁਣ ਤੀਜਾ ਹਿਮਾਚਲ ਆ ਗਿਆ, ਉਹ ਹਿੱਸਾ ਮੰਗਣ ਲੱਗ ਗਿਆ ਜੀ। ਹਿਮਾਚਲ ਨੇ ਤੀਜਾ ਹਿੱਸਾ ਮੰਗ ਲਿਆ ਜੀ। ਤੀਜਾ ਬੰਦਾ ਜ਼ਰੂਰ ਬਣ ਗਿਆ, ਤੀਜਾ ਹਿੱਸਾ ਤਾਂ ਨਹੀਂ, ਉਹ ਕਹਿੰਦੇ 7.19% ਸਾਡਾ ਬਣਦਾ ਹੈ ਸ਼ਾਇਦ ਸਾਰੇ ਦੇ ਵਿੱਚ। ਅੱਛਾ ਜੀ, ਇਹਦੀ ਹੁਣ ਅੱਗੇ ਚਰਚਾ ਚੱਲ ਰਹੀ ਹੈ, ਜਿਹੜੇ ਉੱਥੇ ਮਿਸਟਰ ਸੁੱਖੂ ਸੀਐਮ ਨੇ, ਉਹਨਾਂ ਨੇ ਇੱਕ ਕਮੇਟੀ ਬਣਾਤੀ ਹੈ ਕਿ ਉਹ ਅਗਾਂਹ ਜਾਂਚ ਕਰੂ। ਉੱਥੇ ਹਾਂਜੀ ਕਾਂਗਰਸ ਦੀ ਸਰਕਾਰ ਹੈ, ਤੇ ਜਦੋਂ ਕਮੇਟੀ ਨੇ ਪੈਸੇ ਮੰਗੇ, ਹਿੱਸਾ ਮੰਗਿਆ, ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸੀਆਂ ਨੂੰ ਸਵਾਲ ਕਰਤਾ ਕਿ ਤੁਸੀਂ ਦੱਸੋ ਤੁਹਾਡਾ ਕੀ ਸਟੈਂਡ ਹੈ, ਕਿਉਂਕਿ ਉਹ ਹਾਂਜੀ ਕਾਂਗਰਸ ਪਾਰਟੀ ਹੈ। ਤੇ ਫਿਰ ਕਹਾਂ ਪ੍ਰਤਾਪ ਸਿੰਘ ਬਾਜਵਾ ਅਰਗੇ ਆ ਜਿਹੜੇ, ਉਹ ਐਕਟਿਵ ਹੋ ਗਏ, ਕਹਿੰਦੇ ਤੁਸੀਂ ਵੀ ਹਾਂਜੀ ਦੱਸੋ ਵੀ ਤੁਹਾਡਾ ਕੀ ਸਟੈਂਡ ਹੈ ਪਾਣੀ ਦੇ ਮਾਮਲੇ ਤੇ, ਕਿਉਂਕਿ ਹਾਂਜੀ ਅਰਵਿੰਦ ਕੇਜਰੀਵਾਲ ਆ ਉਹ ਪੰਜਾਬ ਦੇ ਵਿੱਚ ਕੋਈ ਹੋਰ ਗੱਲ ਕਹਿੰਦੇ ਆ, ਹਰਿਆਣੇ 'ਚ ਜਾ ਕੇ ਉਹ ਕਹਿੰਦੇ ਪਾਣੀ ਹਰਿਆਣੇ ਵਾਲ ਨੂੰ ਵੀ ਮਿਲੂਗਾ, ਵੀ ਉੱਥੇ ਕੀ ਹੈ। ਦੂਜੇ ਪਾਸੇ ਉਹਨਾਂ ਨੇ ਵਾਰ ਵਾਰ ਇੱਕੋ ਹੀ ਗੱਲ ਕਰੀ ਹੈ ਕਿ ਮਸਲਾ ਤਾਂ ਇੱਧਰ ਹੱਲ ਕਰਨ ਦੀ ਲੋੜ ਹੈ ਹਿਮਾਚਲ ਵਾਲੇ ਪਾਸੇ, ਤੇ ਤੁਸੀਂ ਆਪਦੇ ਸੁਪਰੀਮੋ ਨੂੰ ਵੱਖ ਵੱਖ ਸਟੇਟਾਂ ਦੇ ਵਿੱਚ ਸੈਰ ਕਰਾਉਂਦੇ ਫਿਰਦੇ ਹੋ। ਇਹ ਦੋਵੇਂ ਗੱਲਾਂ ਤਾਂ ਮੀਣੋ ਮੀਣੀ ਹੋਣ ਵਾਲੀਆਂ, ਪਰ ਅਸਲ ਦੇ ਵਿੱਚ ਜਿਹੜਾ 1966 ਦੇ ਵਿੱਚ ਪੰਜਾਬ ਦਾ ਪੁਨਰਗਠਨ ਐਕਟ ਹੈ, ਉਹਦੇ ਹਾਂਜੀ ਮੁਤਾਬਕ ਇੱਕ ਤਾਂ ਸ਼ਾਨਣ ਪ੍ਰੋਜੈਕਟ ਹੈ ਜਿਹੜਾ ਉੱਥੇ ਜੋਗਿੰਦਰ ਨਗਰ ਦੇ ਵਿੱਚ ਲੱਗਿਆ ਹੋਇਆ, ਹਾਈਡਲ ਪ੍ਰੋਜੈਕਟ ਹੈ ਉਹ, ਭਾਰਤ ਦਾ ਦੂਜਾ ਸਭ ਤੋਂ ਵੱਡਾ ਪ੍ਰੋਜੈਕਟ ਸੀ ਪਹਿਲਾਂ, ਮਤਲਬ ਉਦੋਂ ਉਹ ਦੂਜਾ ਸੀ ਜਿਹੜੇ ਵੇਲੇ ਲੱਗਿਆ ਜੋਗਿੰਦਰ ਨਗਰ ਦੇ ਰਾਜੇ ਨੇ, ਤੋਂ ਉਹ ਜਿਹੜੀ ਪੰਜਾਬ ਨੇ ਸਰਕਾਰ ਥਾਂ ਲਈ ਸੀ ਉਹਦੇ ਵਿੱਚ ਲਾਇਆ ਗਿਆ ਸੀ, ਤਾਂ ਉਹਦੇ ਤੇ 2024 ਤੱਕ ਪੰਜਾਬ ਦਾ ਹੱਕ ਹੈ, ਗਾਹਾਂ ਉਹਦੀ ਲੀਜ਼ ਹੈ ਜਿਹੜੀ ਉਹ ਰੀਨਿਊ ਹੋਣੀ ਹੈ। ਉਹ ਹਾਂਜੀ ਕਹਿੰਦੇ ਆਪਦਾ ਪ੍ਰੋਜੈਕਟ ਲੈ ਜਾਓ, ਉਹਦੇ ਚੋਂ ਗਾਹਾਂ ਹਾਂਜੀ ਹਿੱਸਾ ਵੀ ਮੰਗਦੇ ਆ। ਉਹਦੇ ਚ ਜਿਹੜਾ ਹਿੱਸਾ ਹੈ, ਹਾਲਾਂਕਿ ਉਹ ਮਿਲ ਰਿਹਾ ਹੈ ਹਰਿਆਣੇ ਨੂੰ, ਇਹ ਰਾਜਸਥਾਨ ਆਪਣੇ ਹਿਮਾਚਲ ਨੂੰ, ਇਹ ਨਹੀਂ ਕਿ ਸਾਰੀ ਦੀ ਸਾਰੀ ਬਿਜਲੀ ਉਹ ਪੰਜਾਬ ਨੂੰ ਆਉਂਦੀ ਹੈ, ਉੱਥੇ ਕੁਛ ਕੁ ਜਿਹੜਾ ਫੰਡ ਆ ਉਹ ਦਿੱਤਾ ਜਾ ਰਿਹਾ। ਪਰ ਅਗਲੇ ਵੀ ਕਹਿੰਦੇ ਕਿ ਕਿਸੇ ਨਾ ਕਿਸੇ ਬਹਾਨੇ ਅਸੀਂ ਵੀ ਆਪਦੇ ਹੁਣ ਸ਼ਮੂਲੀਅਤ ਦਿਖਾਈਏ। ਹਿਮਾਚਲ ਦੇ ਲੋਕ ਆ ਜਿਹੜੇ, ਉਹ ਚਾਹੇ ਹੋਣਗੇ ਕਾਂਗਰਸ ਨਾਲ ਸੰਬੰਧਿਤ, ਚਾਹੇ ਆਮ ਆਦਮੀ ਪਾਰਟੀ ਨਾਲ ਜਾਂ ਦੂਜੀਆਂ ਪਾਰਟੀਆਂ ਨਾਲ, ਜੇ ਉਹਨਾਂ ਨੂੰ ਫਾਇਦਾ ਮਿਲਦਾ ਉਹ ਤਾਂ ਉਹਦੇ ਹੱਕ 'ਚ ਬੋਲਣਗੇ, ਉੱਥੇ ਸਿਆਸਤ ਸਰਗਰਮ ਹੋ ਗਈ ਹੈ। ਦੂਸਰੇ ਪਾਸੇ ਜਿਹੜਾ ਭਾਖੜਾ ਨੰਗਲ ਮੈਨੇਜਮੈਂਟ ਬੋਰਡ ਹੈ, ਇਸ ਮਾਮਲੇ 'ਚ ਵੀ ਹੈ, ਉਹ ਕਹਿੰਦੇ ਇੱਥੇ ਵੀ ਤਾਂ ਸਾਡਾ ਸ਼ੇਅਰ ਹੈ। ਤਿੰਨ ਮਸਲੇ ਨੇ, ਇੱਕ ਚੰਡੀਗੜ੍ਹ ਵਾਲਾ, ਹੁਣ ਇਹ ਨਵਾਂ ਟੈਂਡ ਚੁਕਾਨਾ ਹਿਮਾਚਲ ਨੇ ਪਾਤਾ, ਸਾਡਾ ਤਾਂ ਮਸਲਾ ਜਿਹੜਾ ਪਹਿਲਾਂ ਹਰਿਆਣੇ ਨਾਲ ਹੀ ਨੇ ਸੁਲਝਿਆ ਸੀ SYL ਦਾ, ਹੁਣ ਇਹ ਗੱਲ ਹੋ ਗਈ ਹੈ ਸੁਲਝਿਆ ਕਿਵੇਂ ਜਾਣਾ, ਨਜਿੱਠਿਆ ਕਿਵੇਂ ਜਾਣਾ, ਇਹ ਤਾਂ ਮਾਮਲਾ ਅੱਡ। ਪਰ ਆ ਬਿਆਨਬਾਜ਼ੀ ਹੈ ਜਿਹੜੀ, ਇਹ ਲਗਾਤਾਰ ਚੱਲ ਪਈ, ਤੇ ਇਸ ਬਿਆਨਬਾਜ਼ੀ ਦਾ ਫਾਇਦਾ ਕਿਹਨੂੰ ਹੋਣਾ ਇਹ ਤਾਂ ਨਹੀਂ ਪਤਾ, ਪਰ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਪੱਕਾ ਹੋਊ। ਸਿੱਧੂ ਸਾਹਿਬ, ਲੁਧਿਆਣਾ 'ਚ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਕੀ ਮਾਮਲਾ ਜੀ? ਇਹ ਜਰਖੜ ਪਿੰਡ ਹੈ ਜੀ ਲੁਧਿਆਣੇ ਦੇ ਨਾਲ, ਉੱਥੋਂ ਦੀ ਇਹ ਘਟਨਾ ਹੈ, ਤੇ ਗ੍ਰੰਥੀ ਸਿੰਘ ਦੇ ਹਵਾਲੇ ਦੇ ਨਾਲ ਖਬਰ ਹੈ ਕਿ ਗ੍ਰੰਥੀ ਸਿੰਘ ਨੇ ਸੂਚਨਾ ਦਿੱਤੀ ਪਿੰਡ ਵਾਲਿਆਂ ਨੂੰ ਸਵੇਰੇ ਕਿ ਕੁਛ ਬੰਦੇ ਆਏ ਨੇ, ਤੇ ਉਹਨਾਂ ਨੇ ਆ ਕੇ ਗੁਰੂ ਘਰ ਦੇ ਗੋਲਕ ਜਾਂ ਹੋਰ ਜਿੱਥੇ ਜਿੱਥੇ ਵੀ ਜਿੰਦੇ ਲੱਗਦੇ ਸੀ, ਪੁਰਾਣੇ ਤੋੜੇ ਨਵੇਂ ਲਾ ਦਿੱਤੇ। ਅੱਛਾ ਫਿਰ ਜੀ, ਦੂਜੀ ਧਿਰ ਵੀ ਆ ਗਈ, ਦੋਵੇਂ ਸਿੱਖ ਨੇ, ਕੋਈ ਇਹ ਨਹੀਂ ਆਪਾਂ ਕਹਿ ਦੋ ਕਿ ਹਮਲਾਵਰ ਆਇਆ, ਪਰ ਉਹੀ ਗੱਲ ਕਿ ਗੁਰੂ ਘਰ ਦੀ ਸੇਵਾ ਸੰਭਾਲ ਕਰਨੀ ਹੈ, ਉਹਦੇ ਕਰਕੇ ਚੌਧਰ ਦਾ ਚੱਕਰ ਹੈ, ਦੋ ਧਿਰਾਂ 'ਚ ਲੜਾਈ ਹੋਈ ਹੈ, ਪੱਗਾਂ ਤਾਂ ਲੈਣੀਆਂ ਹੀ ਹੁੰਦੀਆਂ, ਜ਼ਖਮੀ ਹੋਣਾ ਹੀ ਹੁੰਦਾ, ਗੋਲੀਆਂ ਵੀ ਚੱਲੀਆਂ, ਪਰ ਇੰਨਾ ਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਹਾਂ। ਸਵਾਲ ਸਾਰਿਆਂ ਤੋਂ ਵੱਡਾ ਆਹੀ ਹੈ ਨਾ ਜੀ, ਕਿ ਅਸੀਂ ਜੇ ਸੇਵਾ ਕਰਨੀ ਹੈ, ਪ੍ਰਧਾਨ ਬਣ ਕੇ ਥੋੜ੍ਹੋ ਕਰਨੀ ਹੈ, ਕਮੇਟੀ ਮੈਂਬਰ ਬਣ ਕੇ ਥੋੜ੍ਹੋ ਕਰਨੀ ਹੈ, ਇਹ ਹਰੇਕ ਪਿੰਡ ਦੇ ਵਿੱਚ ਹੀ ਇਹ ਰੌਲਾ ਪੈਂਦਾ। ਜਿਹੜੇ ਤਾਂ ਮੌਜੂਦ ਹੁੰਦੇ ਨੇ ਉੱਥੇ ਪ੍ਰਬੰਧ ਦੇ ਵਿੱਚ, ਉਹ ਤਾਂ ਕਹਿੰਦੇ ਹੁੰਦੇ ਕਿ ਅਸੀਂ ਵਧੀਆ ਕੰਮ ਕਰਦੇ ਹਾਂ, ਜਿਹੜੇ ਸਾਈਡ ਤੇ ਬੈਠੇ ਹੁੰਦੇ ਆ ਕਿ ਸਾਡੇ ਵਰਗਿਆਂ ਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਹਾਂ ਭਾਈ ਅਸੀਂ ਕਰ ਸਕਦੇ ਹਾਂ, ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਮੌਕਾ ਮਿਲੇ, ਤੇ ਇਹ ਪਿੰਡ ਨੇ ਦੇਖਣਾ ਹੁੰਦਾ, ਪੰਚਾਇਤ ਨੇ ਦੇਖਣਾ ਹੁੰਦਾ, ਜਾਂ ਸੰਬੰਧਿਤ ਲੋਕਾਂ ਨੇ ਕਿ ਕਿਹਨੂੰ ਚੁਣਨਾ। ਕੜੰਮ ਚੌਧਰੀ ਇਹਨਾਂ ਕੰਮਾਂ 'ਚ ਜ਼ਿਆਦਾ ਮੂਹਰੇ ਆਉਂਦੇ ਹੁੰਦੇ ਆ, ਆਮ ਬੰਦਾ ਹੈਗਾ ਜਿਹੜਾ ਹਾਂਜੀ ਉਹ ਤਾਂ ਕਹਿੰਦਾ ਕਿ ਚਲੋ ਜੀ ਅਸੀਂ ਗੁਰੂ ਘਰ ਹੋਵੇ ਜਾਂ ਧਰਮ ਸਥਾਨ ਕੋਈ ਹੋਰ ਹੋਵੇ, ਵੀ ਅਸੀਂ ਮੱਥਾ ਟੇਕਣਾ ਹੈ, ਅਸੀਂ ਲੈਣਾ ਕੀ ਹੈ। ਪਰ ਉਹ ਇਹ ਹੈ ਕਿ ਜੇ ਆਮ ਸਿਆਣੇ ਬੰਦੇ ਇਹਨਾਂ ਮਾਮਲਿਆਂ 'ਚ ਇਨਵੋਲਵਮੈਂਟ ਨਹੀਂ ਕਰਨਗੇ, ਤਾਂ ਮੌਕਾ ਪ੍ਰਸਤ ਲੋਕ ਹੈ ਜਿਹੜੇ ਉਹ ਮੂਹਰੇ ਆਉਂਦੇ ਰਹਿਣਗੇ, ਤੇ ਫਿਰ ਰੌਲੇ ਪੈਂਦੇ ਰਹਿਣਗੇ। ਇੱਥੇ ਵੀ ਉਹੀ ਮਸਲਾ ਹੈ ਜਿਹੜਾ ਵਾਰ ਵਾਰ ਚੱਲ ਰਿਹਾ ਜੀ। ਹਾਂਜੀ,